ਚਲਾਉਣਾ ਹੀ ਔਖਾ ਹੋਣਾ ਆਪਾਂ ਕੀ ਕਰਾਂਗੇ। ਉਹੀ ਤਾਂ ਗੱਲ ਆ ਯਾਰ, ਇਹੀ ਗੱਲ ਦੀ ਤਾਂ ਟੈਨਸ਼ਨ ਹੈ ਯਾਰ। ਹੁਣ ਕੀ ਕਰਾਂਗੇ? ਕੀ ਹੋ ਗਿਆ? ਆਏ ਪਈਆਂ ਆ ਗਏ ਤੁਸੀਂ? ਹੂੰ, ਕੀ ਹੋਇਆ? ਸਿਰ ਬਹੁਤ ਦੁਖੀ ਜਾਂਦਾ ਵਾ। ਕੀ ਹੋ ਗਿਆ? ਬਾਹਰ ਨਾ ਚੱਕਰ ਜਿਹਾ ਹੀ ਜਾਂਦੇ ਮੈਂ ਤਾਂ। ਕੀ ਬਣਿਆ ਕੰਮ? ਪੁੱਛਿਆ ਕਿਤੇ ਹੋਰ ਕੰਮ? ਜਾ ਕੇ ਆ ਯਾਰ, ਦੋ ਤਿੰਨ ਜਗ੍ਹਾ ਤੇ ਸਾਰੇ ਪਾਸੇ ਇਹੀ ਹਾਲ ਆ ਯਾਰ। ਅੱਜ ਕਿਰਾਏ ਵਾਲਾ ਵੀ ਆਇਆ ਸੀਗਾ। ਬਿੱਲ ਕੀ ਕਹਿੰਦਾ? ਕਿਰਾਇਆ ਮੰਗਦਾ ਸੀਗਾ, ਕਹਿੰਦਾ ਕਿਰਾਇਆ ਦੇ ਦਿਓ। ਬਿੱਲ ਵੀ ਆ ਗਿਆ ਅੱਜ। ਦੋਨੇ ਕੰਮ ਇਕੱਠੀ ਹੋ ਗਏ, ਕੰਮ ਨਹੀਂ ਚੱਲਦਾ, ਕੰਮ ਖੜ ਗਏ ਆਪਾਂ। ਆਪਾਂ ਤਾਂ ਕੋਈ ਜੋੜ ਕੇ ਵੀ ਨਹੀਂ ਰੱਖਿਆ ਹੈਗਾ, ਜਿਹੜੇ ਪੈਸੇ ਹਰੇਕ ਮਹੀਨੇ ਆਉਂਦੇ ਸੀ ਆਪਾਂ ਉਹੀ ਖਰਚ ਦਿੰਦੇ ਸੀਗੇ। ਹੋਰ ਮੈਨੂੰ ਤਾਂ ਇਹ ਸੀਗਾ ਚੱਲ ਗਾਂ ਦੀ ਤਨਖਾਹ ਮਿਲ ਜੂਗੀ, ਚੱਲ ਕਿਰਾਇਆ ਸਾਰਾ ਕੁਛ ਉਹਦੇ ਵਿੱਚੋਂ ਨਿਕਲ ਜੂ, ਸਾਰਾ ਕੁਛ ਆਪਣਾ ਸਰ ਜੂਗਾ। ਹੁਣ ਪਤਾ ਥੋੜਾ ਸੀਗਾ ਯਾਰ, ਹੁਣ ਸਗੋਂ ਚੱਕਰ ਖਾ ਕੰਮ ਹੋ ਜੂ, ਸਗੋਂ ਚੱਕਰ ਖਾ ਕੇ ਮੇਰੇ ਡਿੱਗ ਗਈ, ਤਾਂ ਹੀ ਆ ਕੇ ਪੈ ਗਈ। ਸਿਰ ਬਹੁਤ ਦੁਖੀ ਜਾਂਦਾ ਵਾ, ਪਤਾ ਨਹੀਂ ਹੁਣ ਕੀ ਬਣੂਗਾ, ਕਿਹਦੇ ਕੋਲ ਜਾਵਾਂ ਮੈਂ, ਕਿਤੋਂ ਮੰਗਾਂ। ਅਗਲਾ ਬੋਲਦਾ ਘਰੇ ਆ ਕੇ ਮੈਨੂੰ ਦਵਾਈ ਲਿਆ ਦਿੰਦੇ। ਚੱਲ ਕੋਈ ਨਾ, ਮੈਂ ਤੈਨੂੰ ਦਵਾਈ ਲਿਆ ਦਿੰਦਾ, ਟੈਨਸ਼ਨ ਨਾ ਲੈ, ਕੋਈ ਗੱਲ ਨਹੀਂ, ਕੁਝ ਕਰਦੇ ਆ ਫਿਰ ਹੱਲ ਕੋਈ। ਚੱਲ ਤੂੰ ਪੈ, ਮੈਂ ਦਵਾਈ ਲਿਆ ਕੇ ਦਿੰਦਾ ਤੈਨੂੰ। ਚੱਲ ਠੀਕ ਆ, ਕੋਈ ਇੰਨੇ ਅਸੀਂ ਔਖੇ ਹੋਏ ਪਏ ਆ, ਇਹਨੂੰ ਕਵਾਂ ਹੁਣ? ਮੈਂ ਲਵਪ੍ਰੀਤ ਨੂੰ ਕਹਿ ਕੇ ਦੇਖਾਂ ਇੱਕ ਵਾਰ, ਉਹ ਮੇਰੀ ਜ਼ਰੂਰ ਹੈਲਪ ਕਰਨਗੇ। ਮੇਰੀ ਵੱਡੀਆਂ ਭੈਣਾਂ ਵਰਗੀ ਆ, ਉਹ ਕਦੀ ਨਹੀਂ ਜਵਾਬ ਦਊਗੀ ਮੈਨੂੰ। ਸਹੀ ਗੱਲ ਆ, ਮੈਂ ਦੀਦੀ ਨੂੰ ਫੋਨ ਕਰਦੀ ਹਾਂ। ਮੈਂ ਤਾਂ ਉੱਥੇ ਜਾ ਨਹੀਂ ਸਕਦੀ ਹੈਗੀ, ਉਹਨਾਂ ਨੂੰ ਕਹਿੰਦੀ ਹਾਂ ਮੇਰੇ ਕੋਲ ਆ ਜਾਓ ਤੁਸੀਂ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਦਿੱਤੀ, ਕੀ ਹੋਇਆ ਤੇਰੀ ਆਵਾਜ਼ ਨੂੰ ਇੱਦਾਂ? ਹਾਂਜੀ, ਤੁਹਾਡੀ ਤਬੀਅਤ ਖਰਾਬ ਸੀ ਤਾਂ ਇੱਦਾਂ ਆਵਾਜ਼ ਹੀ ਆਈ। ਹਾਂਜੀ, ਤੁਸੀਂ ਆ ਸਕਦੇ ਹੋ ਮੇਰੇ ਕੋਲ? ਕੀ ਹੋ ਗਿਆ, ਗੱਲ ਦੱਸ ਕੀ ਆ? ਮੈਨੂੰ ਤੁਹਾਡੀ ਮਦਦ ਚਾਹੀਦੀ ਸੀਗੀ। ਮੈਂ ਹਮੇਸ਼ਾ ਤੇਰੇ ਲਈ ਹਾਜ਼ਰ ਹਾਂ, ਦੱਸ ਕੀ ਹੈਲਪ ਚਾਹੀਦੀ ਤੈਨੂੰ ਮੇਰੇ ਤੋਂ? ਮੈਂ ਥੋੜ੍ਹੀ ਬਿਮਾਰ ਹਾਂ ਤਾਂ ਕਰਕੇ, ਹਾਂਜੀ ਮੈਂ ਆ ਨਹੀਂ ਸਕਦੀ ਹੈਗੀ। ਤੁਸੀਂ ਆ ਜਾਓਗੇ ਪਲੀਜ਼? ਹਾਂ ਹਾਂ, ਮੈਂ ਆਜੂੰਗੀ ਤੇਰੇ ਕੋਲ, ਤੂੰ ਟੈਨਸ਼ਨ ਕਦੋਂ ਲੈਣੀ ਆ? ਕੋਈ ਨਾ, ਜੇ ਬਿਮਾਰ ਤੂੰ ਨਹੀਂ ਆ ਸਕਦੀ, ਮੈਂ ਆ ਜਾਂਦੀ ਹਾਂ ਤੇਰੇ ਕੋਲ। ਹਾਂ ਹਾਂ, ਆਈ ਆਈ ਮੈਂ। ਚੱਲ ਤੂੰ ਫੋਨ ਕੱਟ, ਮੈਂ ਆ ਗਈ ਹੋਣੀ। ਚੰਗਾ, ਹਾਂਜੀ ਹਾਂਜੀ ਹਾਂਜੀ, ਠੀਕ ਆ, ਆ ਜਾ। ਓਕੇ। ਕੀ ਗੱਲ, ਕਿੱਦਾਂ ਬਿਮਾਰ ਹੋ ਗਈ ਇੰਨੀ ਜ਼ਿਆਦਾ? ਆਵਾਜ਼ ਵੀ ਬਿਲਕੁਲ ਬਦਲੀ ਪਈ ਸੀ, ਕੀ ਹੋ ਗਿਆ ਹੋਊਗਾ ਇੱਦਾਂ ਦਾ? ਤਾਂ ਚੰਗੀ ਭਲੀ ਖੁਸ਼ ਸੀਗੀ, ਪ੍ਰਮੋਸ਼ਨ ਹੋਈ ਸੀ ਉਹਨਾਂ ਦੀ ਤਾਂ। ਮੈਂ ਜਾਵਾਂ ਛੇਤੀ, ਦੇਣੇ ਕੱਪੜੇ ਚੇਂਜ ਕਰਕੇ ਤਿਆਰ ਹੋ ਕੇ ਜਾਵਾਂ। ਠੀਕ ਆ? ਹਾਂ ਠੀਕ ਆ। ਹਾਂ ਹਾਂਜੀ, ਹਲੇ ਵੀ ਉੱਠਦੀ ਆ ਨਾ, ਚੱਕਰ ਜੇ ਆਉਂਦੇ ਨੇ। ਦਵਾਈ ਲੈ ਲਈ? ਹਾਂਜੀ ਲੈ ਲਈ ਸੀ ਦਵਾਈ। ਪਤਾ ਕੀਤਾ ਅੱਜ ਕੁਛ ਕਿ ਨਹੀਂ? ਪਤਾ ਤਾਂ ਕਰਕੇ ਆਇਆ ਯਾਰ, ਬਣੀ ਨਹੀਂ ਗੱਲ ਯਾਰ। ਚੱਲ ਕੋਈ ਨਾ, ਮੈਂ ਲਵਪ੍ਰੀਤ ਨੂੰ ਫੋਨ ਕੀਤਾ ਵਾ, ਉਹ ਆ ਰਹੇ ਨੇ ਮੇਰਾ ਪਤਾ ਲੈਣ ਲਈ। ਮੈਂ ਕਿਹਾ ਸੀ ਮੈਥੋਂ ਆ ਨਹੀਂ ਹੋਣਾ, ਤੁਸੀਂ ਆ ਜਾਓ। ਅੱਛਾ, ਆਉਂਦੇ ਹੀ ਹੋਣੇ ਨੇ। ਚਲ ਤੁਸੀਂ ਰੋਟੀ ਖਾਣੀ ਸੀ ਤਾਂ ਫਿਰ ਖਾ ਲੈਂਦੇ ਜਾ ਕੇ। ਸਹੀ ਜੀ, ਕੋਈ ਨਹੀਂ, ਮੈਂ ਖਾ ਲੈਂਦੇ, ਹਜੇ ਭੁੱਖ ਜਿਹੀ ਨਹੀਂ। ਕਿੱਥੇ ਕਿੱਥੇ ਲਾ ਦੀਦੀ ਆ ਗਏ? ਆ ਜਾ ਦੀਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਬਣਾਇਆ ਤੂੰ ਆਪਣਾ? ਕੁਛ ਨਹੀਂ ਬਸ ਦੀਦੀ, ਕੀ ਦੱਸਾਂ। ਕੀ ਹੋ ਗਿਆ ਸੀਗਾ? ਜਿੱਥੇ ਦੀਦੀ ਇਹ ਕੰਪਨੀ 'ਚ ਲੱਗੇ ਹੋਏ ਸੀਗੇ, ਉਹਨਾਂ ਨੂੰ ਕਿਸੇ ਘਾਟਾ ਘੁੱਟਾ ਪੈ ਗਿਆ ਪੈਸੇ ਦਾ, ਅਤੇ ਉਹਨਾਂ ਨੇ ਬੰਦੇ ਸਾਰੇ ਹਟਾ ਦਿੱਤੇ। ਅੱਛਾ, ਇਹੀ ਗੱਲ ਦੀ ਮੈਂ ਬਹੁਤ ਜ਼ਿਆਦਾ ਟੈਨਸ਼ਨ ਲੈ ਗਈ, ਟੈਨਸ਼ਨ ਲੈ ਕੇ ਫਿਰ ਮੈਂ ਚੱਕਰ ਖਾ ਕੇ ਡੇ ਗਈ। ਹਾਏ ਹਾਏ, ਤੂੰ ਟੈਨਸ਼ਨ ਕਿਵੇਂ ਲੈ ਗਈ? ਤੂੰ ਮੈਨੂੰ ਯਾਦ ਕਰਦੀ, ਮੈਨੂੰ ਫੋਨ ਕਰਦੀ ਤੂੰ, ਹੈਂ? ਜੇ ਕੋਈ ਗੱਲਬਾਤ ਸੀ, ਆਪਣਾ ਭੈਣ ਭਾਈ ਉਹੀ ਕੰਮ ਆਉਂਦਾ, ਔਖੇ ਟਾਈਮ ਹੋਰ ਕੌਣ ਕੰਮ ਆਉਂਦਾ ਵਾ, ਤਾਂ ਮੈਨੂੰ ਨਹੀਂ ਫੋਨ ਕਰਿਆ? ਇੰਨੀ ਟੈਨਸ਼ਨ ਲੈ ਕੇ ਬਹਿ ਗਈ ਤੂੰ, ਦੱਸ। ਤਾਂ ਹੀ ਦੀਦੀ ਮੈਂ ਤੁਹਾਨੂੰ ਅੱਜ ਬੁਲਾਇਆ ਸੀਗਾ ਆਪਣੇ ਕੋਲ, ਤੁਸੀਂ ਮੇਰੀ ਹੈਲਪ ਕਰ ਦਿਓ। ਹੈਲਪ ਕੀ? ਚੱਲ ਤੂੰ ਘਰੇ, ਚੱਲ ਚੱਲ।
ਇੱਥੇ ਹੀ ਰਹਿਣਾ ਚੱਲ ਚੱਲੀ ਆਪਾਂ ਘਰੇ ਜਿਹੜੀ ਚੀਜ਼ ਦੀ ਤੈਨੂੰ ਜ਼ਰੂਰਤ ਆ ਜੋ ਵੀ ਤੈਨੂੰ ਲੋੜ ਆ ਮੈਂ ਤੇਰੀ ਸਾਰੀ ਜ਼ਰੂਰਤ ਪੂਰੀ ਕਰੂੰਗੀ ਪ੍ਰੀਤੀ ਚੱਲ ਘਰੇ ਚੱਲੀਏ ਆਪਾਂ ਇੱਥੇ ਕੀ ਕਰਨਾ ਰਹਿ ਕੇ ਕਰਾਇਆ ਤੇ ਆਪਣਾ ਘਰ ਹੈਗਾ ਇੰਨਾ ਵਧੀਆ ਏਡਾ ਵੱਡਾ ਮੈਨੂੰ ਨੀ ਸੀ ਪਤਾ ਤੁਸੀਂ ਇੰਨੇ ਵੱਡੇ ਦਿਲ ਵਾਲੇ ਲੈ ਦੱਸ ਦਿੱਤੀ ਜੇ ਦਿਲ ਵਾਲੀ ਤੇ ਭੈਣ ਭਾਈ ਹੋਈ ਆਪਣੇ ਭੈਣ ਭਾਈਆਂ ਦੇ ਕੰਮ ਆਉਂਦਾ ਕੋਈ ਬਾਹਰ ਲਾ ਨਹੀਂ ਆਉਂਦਾ ਅੱਜ ਤੁਹਾਡੇ ਕੋਲ ਪੈਸਾ ਵਾ ਸਾਰਾ ਕੁਛ ਆ ਪਰ ਤੁਹਾਡੇ ਚ ਹੰਕਾਰ ਨਹੀਂ ਹੈਗਾ ਜਦੋਂ ਮੇਰੇ ਕੋਲ ਪੈਸੇ ਸੀ ਮੇਰੇ ਚ ਕਿੰਨਾ ਹੰਕਾਰ ਆ ਗਿਆ ਤੁਸੀਂ ਮੇਰੇ ਕੋਲ ਹੈਲਪ ਲੈਣ ਵਾਸਤੇ ਆਏ ਸੀ ਵੀ ਮੈਨੂੰ ਪੈਸੇ ਦੀ ਜ਼ਰੂਰਤ ਆ ਮੈਂ ਕਿੱਦਾਂ ਤੁਹਾਨੂੰ ਜਵਾਬ ਦਿੱਤਾ ਕਿੰਨੀ ਗਲਤ ਸੀਗੀ ਮੈਂ ਚੱਲ ਕੋਈ ਨਾ ਪ੍ਰੀਤੀ ਛੋਟਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਨਹੀਂ ਦੀਦੀ ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਰੱਬ ਸਭ ਦਾ ਟਾਈਮ ਲਿਆਉਂਦਾ ਵਾ ਮੈਂ ਇਹ ਗੱਲ ਭੁੱਲ ਗਈ ਸੀਗੀ ਇਹਦਾ ਢਲਦੇ ਪਰਛਾਵੇਂ ਨੇ ਕਦੇ ਚੰਗੇ ਕਦੇ ਮੰਦੇ ਚੱਲਦੇ ਰਹਿੰਦੇ ਨੇ ਪਰ ਮੈਨੂੰ ਲੱਗਿਆ ਸੀ ਨਹੀਂ ਮੇਰੇ ਤੇ ਕਦੇ ਮਾੜਾ ਟਾਈਮ ਆਉਣਾ ਨਹੀਂ ਪਰ ਰੱਬ ਨੇ ਅੱਜ ਮੇਰਾ ਸਾਰਾ ਹੰਕਾਰ ਤੋੜਤਾ ਦੀਦੀ ਸੌਰੀ ਦੀਦੀ ਮੈਂ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਸੀਗਾ ਸਗੋਂ ਇਸੇ ਗੱਲ ਦੇ ਡਰਦੇ ਮਾਰੀ ਮੈਂ ਉੱਥੋਂ ਆ ਗਈ ਮੈਨੂੰ ਇਹਨਾਂ ਦਾ ਖਰਚਾ ਕਰਨਾ ਪੈਣਾ ਚੱਲ ਕੋਈ ਨਾ ਪ੍ਰੀਤੀ ਮੇਰੀ ਗੱਲ ਸੁਣ ਤੂੰ ਤੂੰ ਮੇਰੀਆਂ ਛੋਟੀਆਂ ਭੈਣਾਂ ਵਰਗੀਆਂ ਠੀਕ ਆ ਜੇ ਤੇਰੇ ਤੋਂ ਕੋਈ ਗਲਤੀ ਵੀ ਹੋ ਗਈ ਨਾ ਤਾਂ ਵੀ ਕੋਈ ਗੱਲ ਨਹੀਂ ਚੱਲ ਹੁਣ ਘਰੇ ਚੱਲੀਏ ਆਪਾਂ ਟੈਨਸ਼ਨ ਨਾ ਲੈਣੀ ਕੋਈ ਵੀ ਚੀਜ਼ ਦੀ ਠੀਕ ਆ ਮੈਂ ਤੇਰੇ ਨਾਲ ਦੀਦੀ ਮੈਨੂੰ ਮਾਫ ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕੋਈ ਨਾ ਪ੍ਰੀਤੀ ਮੈਂ ਤੈਨੂੰ ਮਾਫ ਕੀਤਾ ਤੂੰ ਮੇਰੇ ਛੋਟੇ ਬੱਚਿਆਂ ਵਰਗੀਆਂ ਠੀਕ ਆ ਰੋਣਾ ਨਹੀਂ ਬੰਦ ਕਰ ਅੱਜ ਰੱਬ ਨੇ ਮੇਰਾ ਸਾਰਾ ਹੰਕਾਰ ਤੋੜਤਾ ਦੀਦੀ ਮੈਨੂੰ ਮਾਫ ਕਰ ਦੋ ਮੈਂ ਤੇਰੇ ਨਾਲ ਆ ਗਈ ਸੌਰੀ ਦੀਦੀ ਛੱਡੋ ਪਰੇ ਇਹਨਾਂ ਨੂੰ ਚੱਲਦੇ ਹਾਂ ਅਸੀਂ ਆਪਾਂ ਕਿਤੇ ਬਾਹਰ ਰਵਾਂਗੇ ਆਪਾਂ ਬਾਹਰ ਖਾਵਾਂਗੇ ਸਾਨੂੰ ਅਸੀਂ ਇਹਨਾਂ ਨੂੰ ਖਵਾਉਂਦੇ ਹਾਂ ਤੁਸੀਂ ਨੀ ਖਵਾਉਂਦੇ ਹੁੰਦੇ ਉਹ ਰੱਬ ਦੇ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜਿਹਨੂੰ ਆਪਾਂ ਦੇਣਾ ਜਿਹੜਾ ਬਣਿਆ ਹੋਇਆ ਨਾ ਉਹ ਉਹਦੇ ਥਾਈ ਪਹੁੰਚ ਜਾਂਦਾ ਵਾ ਇਸ ਕਰਕੇ ਕਦੀ ਹੰਕਾਰ ਜਾਂ ਮਾਣ ਨਾ ਕਰੋ ਉਹ ਰੱਬ ਤੋੜ ਹੀ ਦਿੰਦਾ ਵਾ ਜਿੱਦਾਂ ਅੱਜ ਮੈਂ ਹੰਕਾਰ ਤੇ ਮਾਣ ਦੇ ਨਾਲ ਇਹਦਾ ਟੁੱਟੀ ਹਾਂ ਬਾਅਦ ਵਿੱਚ ਰੱਬ ਨੇ ਮੇਰਾ ਮਾਣ ਹੰਕਾਰ ਤੋੜਿਆ ਵਾ ਪਲੀਜ਼ ਤੁਸੀਂ ਕਦੇ ਵੀ ਇੱਦਾਂ ਮਾਣ ਹੰਕਾਰ ਨਾ ਕਰੋ ਬਾਕੀ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ